ਵੀ ਬਾਈ ਲੱਗੇ ਹੀ ਕੁਛ ਨਹੀਂ ਆਪਾਂ ਕੋਈ ਵੀ ਚੀਜ਼ ਆ ਕਰੇ ਬੂਟਾ ਲਾਉਣੇ ਆ ਖਖੜੀਆਂ ਦੀ ਵੱਲ ਲਾਉਣੇ ਆ ਉਹਨੂੰ ਫਲ ਲੱਗਦਾ ਤਾਂ ਖਾਣੇ ਆ ਇਹਨੂੰ ਇੱਕ ਵੀ ਫਲੀ ਨਹੀਂ ਲੱਗੀ ਤੇ ਆਂਡ ਗਵਾਨ ਨੇ ਸਾਡੇ ਨੇ ਵੱਢ ਕੇ ਵੇਚ ਵੀ ਆਂਦੀ ਤੇ ਅਸੀਂ ਅਸੀਂ ਇਹਨੂੰ ਵੇਂਦੇ ਹੀ ਰਹੇਗੇ ਫਸਲੀ ਚੱਕਰ ਤੋਂ ਨਿਕਲਣ ਲਈ ਹੀ ਕੀਤੇ ਕੰਮ ਨੇ ਕਿਸਾਨ ਨੂੰ ਪਾਇਆ ਚੱਕਰਾਂ ਵਿੱਚ ਮਾਮਲਾ ਹੈ ਸ਼੍ਰੀ ਮੁਖਸੇ ਸਾਹਿਬ ਦੇ ਪਿੰਨ ਛੱਕਾ ਵਾਲੀ ਦਾ ਦੁਕਾਨਦਾਰਾਂ ਤੋਂ ਲਿਆਂਦਾ ਮੂੰਗੀ ਦਾ ਬੀਜ ਨਿਕਲਿਆ ਨਕਲੀ ਕਿਸਾਨ ਚਰਨਜੀਤ ਸਿੰਘ ਦਾ ਹੋਇਆ ਲੱਖਾਂ ਦਾ ਨੁਕਸਾਨ ਖੱਜਲਖਵਾਰੀ ਵਖਰੀ ਤਕਰੀਬਨ 60 ਕਿੱਲੇ ਫਸਲ ਹੋਈ ਖਰਾਬ ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ ਕਥੀ ਦੋਸ਼ੀਆਂ ਤੇ ਕਾਰਵਾਈ ਦੀ ਵੀ ਕੀਤੀ ਅਪੀਲ ਤਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਕੜੀ ਤਹ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਲਈ ਹੋਰ ਫਸਲਾਂ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਸ਼ੰਕਾ ਵਾਲੀ ਦੇ ਕਿਸਾਨ ਨੂੰ ਫਸਲੀ ਚੱਕਰ ਵਿੱਚੋਂ ਨਿਕਲਣਾ ਹੀ ਚੱਕਰਾਂ ਵਿੱਚ ਪਾ ਗਿਆ ਕਿ ਕਿਸਾਨ ਵੱਲੋਂ ਆਪਣੇ ਤਕਰੀਬਨ 60 ਕਿੱਲੇ ਖੇਤਾਂ ਵਿੱਚ ਮੂੰਗੀ ਦੀ ਫਸਲ ਬੀਜੀ ਸੀ ਪਰ ਇਹ ਮੂੰਗੀ ਦੀ ਫਸਲ ਨਕਲੀ ਬੀਜ ਕਾਰਨ ਹੋਈ ਹੀ ਨਹੀਂ ਜਿਸ ਕਾਰਨ ਕਿਸਾਨ ਨੂੰ ਆਪਣੇ ਖੇਤਾਂ ਵਿੱਚੋਂ ਇਹ ਫਸਲ ਵਾਉਣੀ ਪਈ ਅਤੇ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ-ਨਾਲ ਕਿਸਾਨ ਦੀ ਖੱਜਲਖਵਾਰੀ ਵੀ ਹੋਈ ਇਸ ਬਾਬਤ ਜਾਣਕਾਰੀ ਦੇਂਦੇ ਹੋਏ ਕਿਸਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਨੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ। ਲੇਵਰਾ ਵੀ ਤੋਰ ਲੀਆਂ ਵੀ ਅੱਜ ਵੀ ਲੱਗਦੀ ਹੈ ਅੱਜ ਵੀ ਲੱਗਦੀ ਹੈ 25 April ਦੀ ਬੀਜੀ ਹੈ। ਸਾਰੀ ਮਈ ਸਾਰੀ ਜੂਨ 60 ਦਿਨ ਹੋ ਗਏ ਤੇ 17 ਅੱਜ ਵਾਲੇ 70 77 ਤੇ 5 82 83 ਦਿਨ ਹੋ ਗਏ। ਕਿੰਨਾ ਖਰਚਾ ਆਇਆ ਸੀ ਕਿੰਨੀ ਕ ਮਿਹਨਤ ਕਰਨੀ ਪਈ। 6 ਤੋਂ 7000 ਰੁਪਇਆ ਬਜੀ ਸਣੇ ਬੀਜ ਭਾਈ ਸਾਰਿਆਂ ਕਿੱਲੇ ਦਾ ਖਰਚਾ ਆਇਆ। ਤੇ ਪਕਾਈ ਤਾਂ ਚਲੋ ਕਿਸਾਨ ਬਣਿਆ ਹੀ ਪਕਾਈ ਆਸਤੇ ਆ ساری ਜ਼ਿੰਦਗੀ ਅੱਗੇ ਪਯੋਦਾਦਾ ਕਰਦਾ ਤੇ ਹੁਣ ਅਸੀਂ ਦੇ ਸਾਡੇ ਗਾਂ ਬੱਚੇ ਕਰੀ ਜਾਣਗੇ ਕਿਉਂਕਿ ਜਦੋਂ ਪਿਤਾ ਪੁਰਖੀ ਕੀਤਾ ਸਾਨੂੰ ਉਸ ਚੀਜ਼ ਦਾ ਪਿਸ਼ਤਾਵਾ ਨਹੀਂ ਗਾ ਸਾਡੇ ਖੇਤ ਨੂੰ ਮੂੰਗੀ ਸਾਡਾ ਖੇਤ ਡਾਕਟਰ ਨਾ ਕਰਦਾ ਨਾ ਹੁੰਦੀ ਹੁਣ ਤੁਸੀਂ ਵੇਲੋ ਗ੍ਰਾਮੋ ਸੋਣ ਮਾਰੀ ਨੂੰ ਤਿੰਨ ਦਿਨ ਹੋ ਗਏ ਤਾਂ ਵੀ ਐ ਖੜੀ ਆ ਜਿਵੇਂ ਕੰਦ ਤੁਸੀਂ ਇਹ ਮੂੰਗੀ ਬੀਜੀ ਸੀ ਓਏ ਅਸੀਂ ਤਾਂ ਬਾਈ ਜੀ ਐ ਬੀਜੀ ਸੀ ਨਾਲੇ ਤਾਂ ਫਸਲੀ ਚੱਕਰ ਚੋਂ ਬਾਹਰ ਆ ਜਾਾਂਗੇ ਬਾਕੀ ਤੀਜੀ ਫਸਲ ਆ ਚਾਰ ਪੈਸੇ ਵੀ ਛੱਡ ਜੂਗੀ ਪਾਣੀ ਵੀ ਬਾਜ ਜਾਊਗਾ ਪਾਣੀ ਬਚਾਉਣਾ ਬਹੁਤ ਕੁਦਰਤੀ ਸੋਮੇ ਜਿਹੜੇ ਸਾਹਮਣੇ ਰੱਖਨੇ ਆ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਊਗਾ ਅਸੀਂ ਤਾਂ ਮੂੰਗੀ ਕਾਦੀ ਬਿਜਲੀ ਜਿਵੇਂ ਆਉਂਦਾ ਪੁੱਠਾ ਪੰਗਾ ਲੈ ਲਿਆ ਬੋਗ ਦੇ ਸੰਗਾਂ ਨੂੰ ਹੱਥ ਪਾ ਕੇ ਅੱਜ ਹੁਣ ਬੰਦੇ ਨਹੀਂ ਮਿਲੀ ਜਾਂਦੇ ਕੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਕਿ ਮੂੰਗੀ ਜਿਹੜੀ ਬੀਜੀ ਆ ਡੁਬਲੀ ਹੈਗੇ ਡੁਪਲੀਕੇਟ ਪ੍ਰਸ਼ਾਸਨ ਆਇਆ ਸੀ ਜੀ ਖੇਤੀਬਾੜੀ ਚੀਫ ਸਾਹਿਬ ਆਏ ਸੀ ਬੂਟੇ ਪਟ ਕੇ ਲੈ ਗਏ ਸੀ ਜਦੋਂ ਉਹਨਾਂ ਨੂੰ ਫਲੀ ਕੋਈ ਨਹੀਂ ਦੇ ਸੀ ਉਹ ਨਾ ਉਹ ਥੋੜਾ ਜਿਹਾ ਦੇ ਸਰਕਾਰੀ ਕੰਮ ਹੈ ਨਾ ਉਹ ਚੱਲਦੇ ਆ ਕੱਚੂ ਦੀ ਚਾਲ ਉਹ ਰਿਪੋਰਟਾਂ ਦੇ ਸੀ ਬਣਾ ਦੇਵਾਂਗੇ ਉਹ ਰਿਪੋਰਟ ਹੈ ਬਿੱਲ ਹੈ ਫਿਰ ਉਹ ਜੋ ਕੋਰਟ ਮੁਤਾਬਕ ਜੋ ਕਾਨੂੰਨ ਮੁਤਾਬਕ ਹੋ ਸਕਦਾ ਹੋਇਆ ਉਹ ਆਪਾਂ ਉਹਨਾਂ ਦੇ ਸਾਰਾ ਲੀਗਲ ਕੰਮ ਕਰਾਂਗੇ ਇਸ ਕਰਕੇ ਇਹ ਆ ਵੀ ਇਹਨਾਂ ਦੇ ਪਹਿਲਾਂ ਹੀ ਨੱਥ ਪਾਈ ਜਾਵੇ ਜਦੋਂ ਇਹ ਬੀ ਦੀ ਪੈਕਿੰਗ ਕਰਦੇ ਆ ਉਦੋਂ ਖੇਤੀਬਾੜੀ ਵਿਭਾਗ ਦੇ ਇੱਕ ਆਦਮੀ ਦੇ ਕੋਲੇ ਬੈਠਾ ਹੋਵੇ ਵੀ ਵਾਕਈ ਆਹ ਪਲਾਂਟ ਆ ਜਿਹੜਾ ਇਹ ਸਰਟੀਫਾਈ ਸਰਟੀਫਿਕੇਟ ਦਾ ਮਤਲਬ ਹੁੰਦਾ ਮੈਂ ਵਿਭਾਗ ਦੇ ਕੋਲੇ ਦਰਜ ਕਰਾਉਣਾ ਬੀ ਆ ਜੀ ਚਰਨਜੀਤ ਸਿੰਘ ਦਾ ਜਿਹੜਾ ਪਲਾਟ ਆ ਇਹ ਤੋਂ ਅਸੀਂ ਬੀ ਆ ਗਾਂ ਕਿਸਾਨਾਂ ਨੂੰ ਵੇਚਣਾ ਜਿੱਦਾਂ ਚਰਨਜੀਤ ਸਿੰਘ ਕਮੈਨ ਲਾਵੇ ਵੱਢ ਕੇ ਟਰਾਲੀ ਚ ਪਾ ਕੇ ਲਿਜਾਵੇ ਇੱਕ ਮਹਿਕਮੇ ਦਾ ਅਧਿਕਾਰੀ ਉੱਤੇ ਖੜਾ ਹੋਵੇ ਬੋਰੀਆਂ ਚ ਭੈਣ ਤੱਕ ਤੇ ਫਿਰ ਕਿਵੇਂ ਜਾਲੀ ਬੀ ਆ ਜਾਣਗੇ ਇਹ ਕੱਲੇ ਪੰਜਾਬ 'ਚ ਹੀ ਮਸਲਾ ਉੱਠਦਾ ਕੁਝ ਮੁਨਾਫਾਖੋਰ ਦੁਕਾਨਦਾਰਾਂ ਕਾਰਨ ਉਹਨਾਂ ਦਾ ਇਹ ਨੁਕਸਾਨ ਹੋਇਆ ਹੈ ਇਸ ਸੰਬੰਧ ਵਿੱਚ ਜਦੋਂ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਜੀ ਮੁਖਤਸਾਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਮਾਨਯੋਗ ਡੀਸੀ ਵੱਲੋਂ ਇੱਕ ਪਿੰਡ ਸ਼ੰਕਾ ਵਾਲੀ ਦੇ ਕਿਸਾਨ ਦੀ ਮੂੰਗੀ ਦੀ ਬੀਜੀ ਹੋਈ ਫਸਲ ਸੰਬੰਧੀ ਰਿਪੋਰਟ ਬਣਾਉਣ ਲਈ ਕਿਹਾ ਸੀ ਜੇ ਸੰਬੰਧ ਵਿੱਚ ਉਹਨਾਂ ਵੱਲੋਂ ਚਾਰ ਖੇਤੀਬਾੜੀ ਅਫਸਰਾਂ ਦੀ ਇੱਕ ਕਮੇਟੀ ਬਣਾ ਕੇ ਉਸ ਦੀ ਰਿਪੋਰਟ ਤਿਆਰ ਕਰ ਲਈ ਗਈ ਹੈ ਤੇ ਇਸ ਰਿਪੋਰਟ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚ ਦਾ ਕਰ ਦਿੱਤਾ ਗਿਆ ਹੈ ਅਤੇ ਉੱਚ ਅਧਿਕਾਰੀ ਹੀ ਇਸ ਤੇ ਬਣਦੀ ਕਾਰਵਾਈ ਕਰਨਗੇ WhatsApp ਮੈਸੇਜ ਦੇ ਆਧਾਰ ਤੇ ਇੱਕ ਕਮੇਟੀ ਦਾ ਗਠਨ ਕੀਤਾ ਸੀ ਜੀਚ ਚਾਰ ਮੈਂਬਰ ਦੀ ਐਸੀ ਡਿਊਟੀ ਲਈ ਸੀ ਉਹਦੇ ਚੱਕ ਸਾਡੇ ਬਲਾਕ ਖੇਤੀਬਾੜੀ ਅਫਸਰ ਸ੍ਰੀ ਮਖਸਰ ਸਾਹਿਬ ਇੱਕ ਸੀ ਸਹਾਇਕ ਪ੍ਰੋਫੈਸਰ ਜੋ ਸਾਡੇ કૃષਿ ਵਿਗਿਆਨ ਕੇਂਦਰ ਐਪੀਏ ਜੁੜ੍ਹਿਆਣਾ ਦਾ ਗੋਨਿਆਣਾ ਪਿੰਡ ਚ ਉੱਥੋਂ ਪ੍ਰੋਫੈਸਰ ਸਾਹਿਬ ਨੂੰ ਲਿਆ ਸੀ ਤੇ ਦੋ ਸਾਡੇ ਜਿਹੜੇ ਖੇਤੀਬਾੜੀ ਵਿਕਾਸ ਅਫਸਰ ਹੈ ਉਹਨਾਂ ਦੀ ਅਸੀਂ ਡਿਊਟੀ 14 ਜੁਲਾਈ ਨੂੰ ਸ਼ਾਮ ਨੂੰ ਇਹ ਲਗਾਤੀ ਸੀ ਵੀ ਇਸ ਤਰ੍ਹਾਂ ਨੁਕਸਾਨ ਹੋਇਆ ਤੇ ਤੁਸੀਂ ਉੱਥੇ ਜਾ ਕੇ ਦੇਖੋ ਤੇ ਉਹਦੀ ਪੜਤਾਲ ਰਿਪੋਰਟ ਜਿਹੜੀ ਉਹਦੀ ਤਿਆਰ ਕਰੋ ਸੋ 15 ਜੁਲਾਈ ਨੂੰ ਸਾਨੂੰ ਕਿਸਾਨ ਨੇ ਲਿਖਤੀ ਵੀ ਸ਼ਿਕਾਇਤ ਕਰਤੀ ਸੀ ਜਿਹੜੀ ਅਸੀਂ ਉਹ ਟੀਮ ਬਣਾਈ ਹੈ ਉਹ 15 ਜੁਲਾਈ ਨੂੰ ਖੇਤ ਕਿਸਾਨ ਦਾ ਦੇਖਿਆ ਹੀ ਹੈ ਤੇ ਹੁਣ ਅੱਜ ਉਹਨਾਂ ਨੇ ਸਵੇਰ ਸਾਨੂੰ ਉਹ ਰਿਪੋਰਟ ਹੈ ਜਿਹੜੀ ਉਹ ਆਪ ਦੀ ਪ੍ਰਤਾ ਰਿਪੋਰਟ ਹੈ ਜਿਹੜੀ ਕਮੇਟੀ ਨੇ ਭੇਜਤੀ ਹੈ ਹੁਣ ਮੈਂ ਜਿਹੜੀ ਇਹ ਪ੍ਰਤਾ ਰਿਪੋਰਟ ਹੈ ਉਹਨੂੰ ਆਪਣੇ ਜੋ ਸਾਡੇ ਮੇਰੇ ਮਾਨਯੋਗ ਡਾਇਰੈਕਟਰ ਖੇਤੀਬਾੜੀ ਹੈ ਉਹਨਾਂ ਨੂੰ ਭੇਜ ਦੂੰਗਾ ਤੇ ਅੱਗੇ ਅਗਲੇਰੀ ਕਾਰਵਾਈ ਹਿਤ ਉਹਨਾਂ ਨੂੰ ਮੈਂ ਲਿਖ ਦੂੰਗਾ ਬੇਨਤੀ ਕਰ ਦੂੰਗਾ ਉਹ ਜਿਹੜੇ ਲੁਧਿਆਣਾ ਜ਼ਿਲ੍ਹਾ ਦੇ ਮੁੱਖ ਖੇਤੀਬਾੜੀ ਅਫਸਰ ਹੈ ਉਹਨਾਂ ਨੂੰ ਹਦਾਇਤਾਂ ਜਾਰੀ ਕਰਨਗੇ ਅੱਗੇ ਜੋ ਕਾਰਵਾਈ ਹੋਣੀ ਹੈ ਉਹ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਜੀ ਕਰਨਗੇ ਪਾਰ ਸੰਦੇਸ਼ ਲਈ શ્રી ਮੁਖਸ ਸਾਹਤੋਂ ਮੋ ਸਿੰਘ ਵਰਡਿੰਗ ਦੀ ਰਿਪੋਰਟ